सब तो वड्डी गल आ जिहड़ी मैं कहना चाहना फिकर अज मंडियां च होना चाहिए मुख्यमंत्री अज मंडियां च होने चाहिए आ मंत्री मंडियां च होने चाहिए आ मुख्यमंत्री कित्थे तलब किए हुए आ दिल्ली च केजरीवाल ने दिल्ली दे विच मंत्री ते सारे अफसर तलब किए हुए दिल्ली च मैं हुण दिल्ली पहुंचिया मैनूं पता लग्गिया की करन देखो सुप्रीम कोर्ट ने दिल्ली दे मुख्यमंत्री नूं कहता भी ना तुसी कोई फाइल दिल्ली दी देख सकोगे केजरीवाल सी जदों ना तुसी दफ्तर जा सकोगे उहदा भोग पै गया मुख्यमंत्रीशिप दा उहने हुण देखिया भी इत्थे तां मैनूं रिजाइन देना पै गया हुण मैं सांभा किवें अज जे जो शख्स सी मैं कहिंदा सी अज पंजाब च दिल्ली वालिआं ने अपना कब्जा कर लिया अज आ चार सीटां जी तुसी देख लोगे ਇਹ ਹੁਣ ਵੀ ਆਪਾਂ ਜਾਗ ਜਾਈਏ ਪੰਜਾਬੀਓ ਅੱਜ ਮੁੱਖ ਮੰਤਰੀ ਨੂੰ ਤਲਬ ਕੀਤਾ ਹੋਇਆ ਜਿਹੜਾ 9 ਦਾ ਮੁੱਖ ਮੰਤਰੀ ਰਹਿ ਗਿਆ ਅਸਲੀ ਮੁੱਖ ਮੰਤਰੀ ਕੇਜਰੀਵਾਲ ਮੈਨੂੰ ਦੱਸੋ ਜਿੱਥੇ ਦਿੱਲੀ ਦੇ ਅਫਸਰ ਉਹ ਬੁਲਾ ਨਹੀਂ ਸਕਦਾ ਫਾਈਲ ਸਾਈਨ ਨਹੀਂ ਕਰ ਸਕਦਾ ਸੀ ਐਜ਼ ਏ ਮੁੱਖ ਮੰਤਰੀ ਹੁਣ ਤਾਂ ਉਹ ਦਿੱਲੀ ਦੇ ਐਮਐਲਏ ਆ ਤੇ ਅੱਜ ਕਿਸ ਤਰੀਕੇ ਨਾਲ ਉਹਨੇ ਮੁੱਖ ਮੰਤਰੀ ਨੂੰ ਤਲਬ ਕੀਤਾ ਹੋਇਆ ਕਿਸ ਤਰੀਕੇ ਨਾਲ ਉਹਨੇ ਅਫਸਰਾਂ ਨੂੰ ਤੰਗ ਕੀਤਾ ਹੋਇਆ ਉਧਰ ਮੰਡੀਆਂ 'ਚ ਸਾਡੇ ਸਾਰਾ ਸੀਜ਼ਨ ਪਿਆ ਤੇ ਕੇਜਰੀਵਾਲ ਇੱਥੇ ਮੁੱਖ ਮੰਤਰੀ ਨੂੰ ਬਿਠਾਈ ਬੈਠਾ ਕਿਉਂਕਿ ਮੁੱਖ ਮੰਤਰੀ ਇਸ ਵੇਲੇ ਕੇਜਰੀਵਾਲ ਹੈ ਸਮਝ ਲਓ ਗੱਲ ਨੂੰ ਇਸ ਵੇਲੇ ਉਹ ਮੁੱਖ ਮੰਤਰੀ ਨੂੰ ਆਪਣੇ ਜਿਹੜਾ ਉਹਨੇ ਕਿਸੇ ਐਮਪੀ ਦੇ ਘਰ 'ਚ ਬੈਠਾ ਉਹਦੇ ਵਿੱਚ ਮੁੱਖ ਮੰਤਰੀ 9 ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਿਠਾਇਆ ਹੋਇਆ ਤੇ ਉਹ ਤੋਂ ਪ੍ਰਧਾਨਗੀ ਲੈਣ ਦੀਆਂ ਵੀ ਗੱਲਾਂ ਤੁਸੀਂ ਸੁਣ ਰਹੇ ਹੋ ਤੇ ਉਹਨੂੰ ਲਾਉਣ ਦੀਆਂ ਗੱਲਾਂ ਵੀ ਸੁਣ ਰਹੇ ਹੋ ਇਸ ਕਰਕੇ ਉਹਨੂੰ ਡਰਾ ਕੇ ਵਿਚਾਰੇ ਕੋਲ ਮੁੱਖ ਮੰਤਰੀ 9 ਦੀ ਰਹਿਣ ਦਿੰਦੇ ਆ ਪਰ ਕੰਮ ਸਾਰਾ ਕੇਜਰੀਵਾਲ ਦੇ ਚੱਲੂਗਾ ਅੱਜ ਸਾਰਾ ਮਹਿਕਮੇ ਅੱਜ ਮੁੱਖ ਮੰਤਰੀ ਮੰਤਰੀਆਂ ਸਮੇਤ ਕੇਜਰੀਵਾਲ ਦੇ ਘਰੇ ਬੈਠਾ ਇਹ ਸਾਰੇ ਚੈਨਲਾਂ ਤੇ ਲਾਈਵ ਇਹ ਚੱਲ ਰਿਹਾ ਤੇ ਅਫੀਸ਼ੀਅਲ ਮੀਟਿੰਗਾਂ ਜਿਹੜੀਆਂ ਉਹ ਕੇਜਰੀਵਾਲ ਲੈ ਰਿਹਾ ਹੁਣ ਮੈਨੂੰ ਦੱਸੋ ਜਿਹਨੂੰ ਹੱਕ ਦਿੱਲੀ 'ਚ ਨਹੀਂ ਸੁਪਰੀਮ ਕੋਰਟ ਨੇ ਦਿੱਤਾ ਉਹ ਦਿੱਲੀ ਵਾਲਾ ਕੇਜਰੀਵਾਲ ਇਹ ਲਾਲਾ ਜੀ ਇਹ ਸਾਡੇ ਸਤਿਕਾਰਯੋਗ ਇਹ ਕਿਸ ਤਰੀਕੇ ਨਾਲ ਮੀਟਿੰਗਾਂ ਪੰਜਾਬ ਦੀਆਂ ਕਰ ਰਹੇ ਆ ਇਹਨੂੰ ਕੋਈ ਮੰਡੀ ਦਾ ਨਹੀਂ ਇਹਨੂੰ ਕੋਈ ਲਿਫਟਿੰਗ ਦਾ ਫਿਕਰ ਨਹੀਂ ਇਹਨੂੰ ਕਿਸੇ ਚੀਜ਼ ਦਾ ਕੋਈ ਫਿਕਰ ਨਹੀਂ ਇਹਨੂੰ ਸਿਰਫ ਫਿਕਰ ਆ ਵੀ ਮੈਂ ਜਿਹੜੀ ਸੱਤਾ ਦਿੱਲੀ 'ਚੋਂ ਮੇਰੇ ਖੁੱਸ ਗਈ ਉਹ ਮੈਂ ਕੁਰਸੀ ਹੁਣ ਪੰਜਾਬ ਦੀ ਖੋਲਵਾਂ ਖੋਲੀ ਖੋਲੀ ਭਗਵੰਤ ਮਾਨ ਤਾਂ ਜਿਹੜੀਆਂ ਗੱਲਾਂ ਕਰਦਾ ਸੀ ਕਿੱਥੇ ਭਗਤ ਸਿੰਘ ਦੀਆਂ ਗੱਲਾਂ ਉਹ ਰੰਗ ਭਗਤ ਸਿੰਘ ਦੀ ਪੱਗ ਬੰਨੀ ਹੈ ਤੇ ਆ ਕੇ ਅੱਜ ਤੁਸੀਂ ਇਹ ਕੇਜਰੀਵਾਲ ਦੇ ਥੱਲੇ ਪੈ ਗਏ ਅੱਜ ਸਾਰੇ ਪੰਜਾਬ 3.5 ਕਰੋੜ ਲੋਕਾਂ ਦੀ ਜਿਹੜੀ ਤਾਕਤ ਤੁਹਾਨੂੰ ਦਿੱਤੀ ਆ ਉਹ ਅੱਜ ਤੁਸੀਂ ਕੇਜਰੀਵਾਲ ਦੇ ਇੱਕ ਕਮਰੇ 'ਚ ਵਾੜਤੀ ਇਹਦਾ ਬਹੁਤ ਵੱਡਾ ਵਿਰੋਧ ਆ ਜਿਹੜਾ ਆਉਣ ਵਾਲੇ ਦਿਨਾਂ 'ਚ ਚਾਰ ਵਿਧਾਨ ਸਭਾ 'ਚ ਕਰਾਂਗੇ ਮਿਊਨਸੀਪਲ ਕਾਰਪੋਰੇਸ਼ਨਾਂ ਇਲੈਕਸ਼ਨਾਂ 'ਚ ਤਾਂ ਰਾਹ ਲੱਭਣਾ ਆ ਵੀ ਕਿਵੇਂ ਬਚੀਏ ਕਿਵੇਂ ਭੱਜੀਏ ਉਹ ਸਕੀਮਾਂ ਬਣਾ ਰਹੇ ਅੱਜ ਬੈਠੇ ਦੋ ਗੱਲਾਂ ਅੱਜ ਵੱਡੀਆਂ ਪੰਜਾਬ ਨਾਲ ਧੋਖਾ ਹੋ ਰਿਹਾ ਇੱਕ ਪਾਸੇ ਚੀਫ ਮਿਨਿਸਟਰ ਕਹਿ ਰਿਹਾ ਕੋਈ ਪ੍ਰੋਬਲਮ ਨਹੀਂ ਕਟਾਰੂ ਚੱਕ ਕਹਿ ਰਿਹਾ ਕੋਈ ਪ੍ਰੋਬਲਮ ਨਹੀਂ ਤੇ ਪਿੱਛੋਂ ਜਦੋਂ ਭਗਵੰਤ ਮਾਨ ਨੂੰ ਇੱਥੇ ਸੱਦ ਲਿਆ ਇੱਥੇ ਗਰਦਨ ਦਬਲੀ ਤੇ ਪਿੱਛੋਂ ਆਪਣੇ ਚਹੇਤੇ ਮੰਤਰੀਆਂ ਨੂੰ ਉਹ ਝੂਠ ਮਿਲਾਇਆ ਜਾ ਰਿਹਾ ਗਵਰਨਰ ਸਾਹਿਬ ਦੇ ਘਰ ਦੇ ਮੂਹਰੇ ਇਹ ਸਭ ਤੋਂ ਵੱਡੀ ਗੱਲ ਆ ਜਿਹੜੀ ਮੈਂ ਕਹਿਣਾ ਚਾਹੁੰਦਾ ਫਿਕਰ ਅੱਜ ਮੰਡੀਆਂ 'ਚ ਹੋਣਾ ਚਾਹੀਦਾ ਮੁੱਖ ਮੰਤਰੀ ਅੱਜ ਮੰਡੀਆਂ 'ਚ ਹੋਣੇ ਚਾਹੀਦੇ ਆ ਮੰਤਰੀ ਮੰਡੀਆਂ 'ਚ ਹੋਣੇ ਚਾਹੀਦੇ ਆ ਮੁੱਖ ਮੰਤਰੀ ਕਿੱਥੇ ਤਲਬ ਕੀਤੇ ਹੋਏ ਆ ਦਿੱਲੀ 'ਚ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਮੰਤਰੀ ਤੇ ਸਾਰੇ ਅਫਸਰ ਤਲਬ ਕੀਤੇ ਹੋਏ ਦਿੱਲੀ 'ਚ ਮੈਂ ਹੁਣ ਦਿੱਲੀ ਪਹੁੰਚਿਆ ਮੈਨੂੰ ਪਤਾ ਲੱਗਿਆ ਕੀ ਕਰਨ ਦੇਖੋ ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਹਿਤਾ ਵੀ ਨਾ ਤੁਸੀਂ ਕੋਈ ਫਾਈਲ ਦਿੱਲੀ ਦੀ ਦੇਖ ਸਕੋਗੇ ਕੇਜਰੀਵਾਲ ਸੀ ਜਦੋਂ ਨਾ ਤੁਸੀਂ ਦਫ਼ਤਰ ਜਾ ਸਕੋਗੇ ਉਹਦਾ ਭੋਗ ਪੈ ਗਿਆ ਮੁੱਖ ਮੰਤਰੀਸ਼ਿਪ ਦਾ ਉਹਨੇ ਹੁਣ ਦੇਖਿਆ ਵੀ ਇੱਥੇ ਤਾਂ ਮੈਨੂੰ ਰਿਜ਼ਾਈਨ ਦੇਣਾ ਪੈ ਗਿਆ ਹੁਣ ਮੈਂ ਸਾਂਭਾ ਕਿਵੇਂ ਅੱਜ ਜੇ ਜੋ ਸ਼ੱਕ ਸੀ ਮੈਂ ਕਹਿੰਦਾ ਸੀ ਅੱਜ ਪੰਜਾਬ 'ਚ ਦਿੱਲੀ ਵਾਲਿਆਂ ਨੇ ਆਪਣਾ ਕਬਜ਼ਾ ਕਰ ਲਿਆ ਅੱਜ ਆ ਚਾਰ ਸੀਟਾਂ 'ਚ ਤੁਸੀਂ ਦੇਖ ਲਓਗੇ ਇਹ ਹੁਣ ਵੀ ਆਪਾਂ ਜਾਗ ਜਾਈਏ ਪੰਜਾਬੀਓ ਅੱਜ ਮੁੱਖ ਮੰਤਰੀ ਨੂੰ ਤਲਬ ਕੀਤਾ ਹੋਇਆ ਜਿਹੜਾ 9 ਦਾ ਮੁੱਖ ਮੰਤਰੀ ਰਹਿ ਗਿਆ ਅਸਲੀ ਮੁੱਖ ਮੰਤਰੀ ਕੇਜਰੀਵਾਲ